ਵੱਡੀ ਕੱਪ ਦਾ ਵੱਡਾ ਫਾਈਨਲ ਅਮਰੀਕ ਚੱਕ ਮੈਕ ਦੇ ਕਰ ਗੱਲ ਪਹਿਲੀ ਰੇਡ 5000 ਦੀ ਆ ਦੀਪ ਗਵਰਜੀ ਵਾਲਾ ਪਹਿਲੀ ਰੇਡ ਪਾਉਣੀ ਮੈਦਾਨ ਦੇ ਵਿੱਚ ਵਧਿਆ ਹੋਇਆ ਪਰ ਸ਼ੁਰਲੀ ਕਹਿੰਦੇ ਖੀਰਾ ਮਾਰੀਆ ਆ 5000 ਪਰ ਦਵਰਜੀ ਵਾਲਾ ਰੁਕਦਾ ਕਿੱਥੇ ਹੈ ਆਹ ਖੋਸਿਆਂ ਵਾਲਿਆ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰੋ ਗਗਰਾਲੀ ਸਾਹਿਬ ਕਹਿੰਦੇ ਖੜਕਾ ਬੜਕਾ ਹੋ ਗਿਆ ਉਹ ਵਿੱਚ ਮਰਿੰਡੇ ਦੇ ਉਹ ਵਿੱਚ ਮਰਿੰਡੇ ਦੇ ਕਹਿੰਦੇ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੀਆਂ ਪੱਟਾਂ 'ਚ ਜ਼ੋਰ ਮਿੱਤਰੋ ਨੇ ਜਾਣਾ ਜਿੱਤ ਕੇ ਆਹ ਰੇਡ ਪਾਉਣ ਲਈ ਨੌਜਵਾਨ ਕਹਿੰਦੇ ਢੋਲਾ ਅੰਮ੍ਰਿਤਸਰੀਆ ਪਹਿਲੇ ਖੰਨੇ ਵਾਲੇ ਨੇ ਗੱਲ ਕੀਤੀ ਵੀ ਮੁੰਡਾ ਕਹਿੰਦੇ ਦੋ ਵਾਰ ਯੂਰਪ ਦੇ ਸੀਜ਼ਨ ਦਾ ਬੈਸਟ ਬਣਿਆ ਆਹ ਢੋਲਾ ਕਹਿੰਦੇ ਅੰਮ੍ਰਿਤਸਰੀਆ ਆਹ ਦੋ ਵਾਰ ਯੂਰਪ ਦੇ ਸੀਜ਼ਨ ਦਾ ਬੈਸਟ ਬਣਿਆ ਪਰ ਦੂਜੇ ਪਾਸੇ ਗੁਲਜ਼ਾਰੀ ਹੈ ਆਹ ਸੁਨਣਾ ਵਾਲਾ ਰੁਕਣ ਲਈ ਜਦੋ ਯਾਦ ਕਰ ਰਿਹਾ ਆਹ ਪੱਲੇ ਵਾਲੇ ਹੋ ਗਈ ਆਹ ਪੱਲੇ ਵਾਲੇ ਹੋਗੀ ਖੋਸਿਆਂ ਵਾਲੇ ਆਓ ਸਾਹਮਣੇ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਧਰ ਬਿੱਟਾ ਸਰਪੰਚ ਡਿੰਪੀ ਦੇ ਸੂ ਮਾਜਰਾ ਹੈਪੀ ਨਿਊਜ਼ੀਲੈਂਡ ਰਵੀ ਖਰੜ ਤੇ ਹੈਪੀ ਗੋਸਲਾ ਉਹ ਵੀਰ ਕਹਿੰਦੇ ਦੀਪ ਦੀਆਂ ਤਿੰਨ ਰੇਡਾਂ ਵੇ 5000 ਦਿੱਤਾ ਜਾਵੇਗਾ ਮੇਰੇ ਮਿੱਤਰੋ ਔਰ ਰੇਡਾਂ ਪੈਂਦੀਆਂ ਕਕਰਾਲੀ ਸਾਹਿਬ ਭਾਈ ਰਣਜੀਤ ਆਇਆ ਹੋਇਆ 10 ਮਾਰਚ ਭਗਰਾਣੇ ਦੇ ਮੇਲੇ ਤੇ ਕਹਿੰਦਾ ਅੱਗ ਨਿਕਲੂ ਮੇਰੇ ਮਿੱਤਰੋ ਆਓ 10 ਮਾਰਚ ਘੋੜੀਆਂ ਭਗੜਾਣੇ ਦੇ ਮੇਲੇ ਤੇ ਕਹਿੰਦਾ ਘੋੜੀਆਂ ਦਿੱਤੀਆਂ ਜਾਣੀਆਂ ਹੈ ਰਣਜੀਤ ਬਾਈ ਆਇਆ ਡੀਜੇ ਵਾਲਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਨੌਜਵਾਨ ਕਹਿੰਦੇ ਬਿੱਲਾ ਚੌਲਾ ਵਾਲਾ ਰੇਡ ਪਾ ਰਿਹਾ ਹੈ ਪਰ ਜਾਫੀ ਸਾਹਮਣੇ ਆਹ ਚੀਮਿਆਂ ਦਾ ਲੱਖਾ ਟਾਈ ਤੇ ਕਰਦਾ ਹੈ ਪਰ ਤਕੜਾ ਬੈਂਡ ਆਪਣੀ ਟੀਮ ਦੇ ਇਸੇ ਜੋੜ ਦਿੱਤਾ ਹੈ ਐਮ ਕੇ ਸੀ ਗਰੁੱਪ ਦੇ ਵੱਲੋਂ 2000 ਰੁਪਇਆ ਲੱਗਿਆ ਹੋਇਆ ਹੈ ਉਧਰ ਬਿੱਟਾ ਸਰਪੰਚ ਡਿੰਪੀ ਦੇਸੂ ਮਾਜਰਾ ਹੈਪੀ ਨਿਊਜ਼ੀਲੈਂਡ ਦੇ ਰਵੀ ਖਰੜ ਉਹਨਾਂ ਵੱਲੋਂ 5000 ਲੱਗਿਆ ਹੋਇਆ ਹੈ ਹਰਜੀਤ ਭੋਲੂ ਐਮ ਸੀ ਜੱਸੀ ਤੇ ਪਿੰਟੇ ਵੱਲੋਂ ਪੰਮੇ ਦੇ ਹਰ ਕਜਫਾ 1000 ਦਾ ਆਹ ਜੋਗੀ ਦੀ ਰੇਡ ਅਮਰੀਕਾ ਓਏ ਜੋਗੀ 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 ਓ ਜੋਗੀ ਉੱਤਰ ਪਹਾੜੋਂ ਆਇਆ ਓ ਚਰਖੇ ਦੀ ਕੂਕ ਸੁਣ ਕੇ ਓ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਓ ਜੋਗੀ ਕਹਿੰਦੇ ਭੱਜ ਗਿਆ ਲਓ ਤਮਤਾਨ ਸਾਹਿਬ ਦੀ ਧਰਤੀ ਆ ਇਹ ਮੁੰਡਾ ਕਹਿੰਦੇ ਇਸ ਵੇਲੇ ਤਮਤਾਨ ਸਾਹਿਬ ਵਾਲਾ ਓ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਮਰਿੰਡੇ ਦੀ ਧਰਤੀ ਵੇ ਓ ਰੇਟਾਂ ਪੈਂਦੀਆਂ ਖੰਨੇ ਵਾਲਾ ਕਹਿੰਦਾ ਨੌਵੇਂ ਪਾਤਸ਼ਾਹ ਦੀ ਧਰਤੀ ਉਧਰ ਕਹਿੰਦੇ ਐਮੀ ਫਿਰਕ ਬੱਟਾ ਭਰਾ ਕਹਿੰਦੇ ਪੁੱਜਾ ਹੋਇਆ ਨਹੀਂ ਤੱਪਦੇ ਕਿਸੇ ਦੇ ਦੁਬਾਈ ਤੋਂ ਗੱਲਾਂ ਹੋਣਗੀਆਂ ਐਮੀ ਫਿਰਕ ਆਇਆ ਹੋਇਆ ਬੱਟਾ ਭਰਾ ਵੀਰ ਹੈ ਸਾਡਾ ਕਕਰਾਲੀ ਸਾਹਿਬ ਆਹ ਰੇਡ ਪਾਉਣੀ ਨੌਜਵਾਨ ਹਿੰਦਰੀ ਮੈਦਾਨ ਦੇ ਵਿੱਚ ਫਿਰ ਤਿਆਰ ਪਰ ਤਿਆਰ ਹੈ ਇੱਕ ਪਾਸੇ ਨੌਜਵਾਨ ਭੇਲੂ ਹੈ ਜਿਹੜੇ ਕਹਿੰਦੇ ਰਿਕਾਰਡ ਪੈਦਾ ਕੀਤੇ ਆ 2-2 ਲੱਖ ਦੇ ਜੱਫੇ ਲਾਏ ਹੈ ਨਾਲ ਜਲਾਲ ਬਰੀਆ ਹਰਮਨ ਹੈ ਨਾਲ ਅਰਸ਼ ਹੈ ਆਹ ਅਮਰਤ ਹੈ ਨੌਜਵਾਨ ਵਰਸਾਲ ਬਰੀਆ ਅਮਰਤ ਨੇ ਵੀ ਕਹਿੰਦੇ ਪਹਿਲੇ ਸੈਮੀ ਦੇ ਵਿੱਚ ਆਹ ਬੱਲੇ ਬੱਲੇ ਕਰਵਾਈ ਹੈ ਸਿਰੇ ਦੇ ਢਾਇਆ ਹੈ ਆਹ ਸਿਰੇ ਦੇ ਢਾਇਆ ਹੈ ਰਵੀ ਖੋਸਿਆਂ ਵਾਲਾ 5000 ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਆਓ ਪਿੱਟੇ ਸਰਪੰਚ ਹੋਣੀ ਵੀਰ ਨੇ ਨਾਲ ਕਹਿੰਦੇ ਡਿੰਪੀ ਦੇ ਸੂ ਮਾਜਰਾ ਹੈਪੀ ਨਿਊਜ਼ੀਲੈਂਡ ਰਵੀ ਖਰੜ ਤੇ ਹੈਪੀ ਗੋਸਲਾ ਉਹਨਾਂ ਵੱਲੋਂ ਕਹਿੰਦੇ 5000 ਵਿਪਾ ਜਾਣਾ ਦੀਪ ਕਹਿੰਦੇ ਮਾਣਾ ਜਾਂ ਕਰਦਾ ਆਓ ਰੇਡ ਕਹਿੰਦੇ ਫੱਪਿਆ ਬਾਤ ਦੀ ਧਰਤੀ ਦਾ ਇਹ ਨੌਜਵਾਨ ਕਹਿੰਦੇ ਕੰਮੂ ਭਲਵਾਨ ਦਾ ਮੁੰਡਾ ਕਕਰਾਲੀ ਸਾਹਿਬ ਅਜੇ ਕਹਿੰਦੇ ਆ ਲੋਕ ਆਹ ਕੰਮੋਂ ਭਲਵਾਨ ਦਾ ਮੁੰਡਾ ਕਹਿੰਦੇ ਅਜੇ ਫਤਿਹਾਬਾਦ ਦੀ ਧਰਤੀ ਦਾ ਤਰਨ ਤਰਨ ਤੋਂ ਚੱਲ ਕੇ ਆਇਆ ਆਹ ਮੁੰਡਾ ਤਰਨ ਤਰਨ ਤੋਂ ਚੱਲ ਕੇ ਆਇਆ ਪਰ ਵੇਖੋ ਸਾਹਮਣੇ ਆਹ ਸੁਰੇਸ਼ ਕੀ ਐਲਾਨ ਕਰਦਾ ਵੀ ਪੁਆਇੰਟ ਸਟਾਪਰ ਦਾ ਆਹ ਪੁਆਇੰਟ ਮੇਜਰ ਸਿੰਘ ਦਾ ਪੁੱਤ ਕਹਿੰਦੇ ਭੇਲੂ ਲਾ ਗਿਆ ਜਿਹਨੇ 2-2 ਲੱਖਾਂ ਦਾ 2-2 ਲੱਖ ਦੇ ਜੱਫੇ ਲਾਇਆ ਰਿਕਾਰਡ ਪੈਦਾ ਕੀਤਾ ਭਿੰਦਰ ਸਾਊਂਡ ਇਹਦੀ ਥੋੜੀ ਜਿਹੀ ਆਵਾਜ਼ ਖੋਲ ਦੇ ਉਧਰ ਵੀ ਬੇਨਤੀ ਆ ਮਜੀਸ਼ੀਅਨ ਵੀਰਾਂ ਨੂੰ ਬੇਨਤੀ ਆ ਬਾਈ ਜੀ ਬੰਦ ਕਰ ਲਿਓ ਐਮੀ ਫਿਰਕ ਵੀ ਆਇਆ ਹੋਇਆ ਐਮੀ ਫਿਰਕ ਵੀ ਆਇਆ ਵੀਰ ਜੀ 5-10 ਮਿੰਟ ਬੰਦ ਕਰ ਲਿਓ
कृपा करके सानू बिठा लैण दो, बस 10-15 मिनट मंगे उधारे दे दिओ। जिहड़े वीर ग्राउंड दे विच आ बह जाओ कृपा करके, बह जाओ वीर जी बह जाओ कृपा करके। जिहड़े वीर ग्राउंड दे विच आए होए, संझा आया होया अंजी होणी वीर ने, लाडी वीर नूं मुबारकां ने। ओह वड्डा मेला चलदा मेरे मित्रों, लल्ले होणी भाई ने, आ मनदीप भाई होणी खड़े ने भरा। ओह कबड्डियां पैंदियां दुनिया बहिंदी है मेरे मित्रों, बिट्टे सरपंच होणी आए होए ने। ककराली साहब आ मुंडा कहिंदे बेला जौला वाला रेड़ पाउण लई तैयार है। मनजीत काकू आया खोखर फौजिया वाला, कहिंदा धन्नवाद करदे ठोक वजा के बल्ली मेड़ू दा, नाल साडे वीर लाड़ जौल दा, नाल रिक्की उहनां दा। आओ नाल कहिंदे बेला गिल दीने वालिया 4x4 प्रोपटरा है। आओ रेड़ पै गई ते जाफी चार तैयार पर तैयार, आओ जाफी चार तैयार पर तैयार। आओ बावे नौजवान जौला वाला तीर्थ रोकण लई जदोजहद कर रहा है। आओ मुकाबला डी दे दरम्यान है पर तकड़ा पॉइंट धावी दा। आओ रेड पै गई अमरीक कर गल। आओ सामने कहिंदे कबड्डी पैंदी है मेरे मित्रों खेड दे मैदान दे विच, लाओ कहिंदे ओही है। आओ चर्चे दुनिया दे विच, आओ मुंडा कहिंदे कदे कारी सारी पिंड दे कहिंदे अंतल दी गल चली है। काके दा कहिंदे ना बड़ा मान दवाया कहिंदे जिले हुशियारपुर नूं मेरे मित्रों। आओ नंबर जाफियां दा आ रेड ते नबेड़े आ ककराली साहब। आओ 5000 तीजी रेड, बिट्टा सरपंच छिपी दे सू मजरा हैप्पी न्यूजीलैंड ते रवि खरड़। आओ 5000 आ ताड़ी खुल के मार दो, 5000 उधर फड़ा दे भाई जी, आ 5000 नगदो नगदी उठ के चाहे खड़े हो जो भाई रौला पै जाना। फाइनल मैच है वीर बन के लाइन छड दो यार। आओ रेड पाउण दी नौजवान जोगी मतलौडे हरियाणा वाला बढ़िया होया खोसियां वाला मरने दे लगियां दे रौनकां। खन्ने वाले नूं कहिंदे धनौरी वाला लभदा फिरदा, ले भी लाडी बाई मुबारकां ने तारियां तों परे कुछ नहीं। पहलू दे इक वारी खुल के आ दुनिया खुश है। भेलू भी कहते इसे ग्राउंड च पप्पू कोच को मेहनत करता रहा है। आ पप्पू कोच की बड़ी देड़ है। आओ रेड बिले दी पाई हुई है, बिले दी रेड पाई है। ककराली साहब कहते ओ बिले दी बिले दी बिले दी बिले दी ओ बिले दी कबड्डी दे नंबर पाली भाई आया होया वीर ने साडे पाली। कहते धनौरी पिंड की गल चलती है, लाडी बाई मुबारक ने हूं। आओ कहते रौनक ने बड़ा मेला चलता मेरे मित्रों, उधर कहते एमी विरक आया होया है। आओ गल्ला दुनिया के बिच कबड्डी नूं बड़ा प्यार करता कहते एमी विरक बरेबर सुरजीत सिंह जी। आओ अजय भज गया पर अगली रेड पाली ढोला अमृतसरी आ। आ ढोला अमृतसरिया के कच्चिया कलिया ना तोड़ मुंडे अमृतसरिया। आओ अमृतसरिया रेड पाउंडी तैयार पर तैयार है। उधर बेआ प्लांटी न्यूजीलैंड जंड आया होया कुहाड़े वाला अज टीम नू लैके हरप्रीत जंडपुर दे नाल ही आ रही है। आओ ढोला रेड पा रहा ते जाफी चार सामने चीमिया वाला लखा है नाल जौला वाला तीर्थ है। आओ गुलजारिया सुनना वाला आ दो वर्ल्ड कपां दा जेतू है। आ मुंडा दो वर्ल्ड कपां दा जेतू है। ए कहिंदे दो वर्ल्ड कपां दा जेतू है, गल्लां कहिंदे पाकिस्तान दे विच भी होईयां। आओ सामने अगली रेड देखांगे। उधर कहिंदे राजू मान है साडी जिंदगी कोटला पड़ी वाला यारी है। कहते मनी दे नाल मनी अज हैप्पी भी आया होया अमरीका तो भरा साडा विशेष तौर ते। ककराली साहब करो खा गल मुंडे दी। आओ रेड पाउण लई मुंडा कहते हरदीप एस वे कारी सारी वाला फिर तैयार पर तैयार है। उधर भाई रणजीत कहना पम्मे दा जफा 2000 दा। भाई रणजीत 10 तरीक दे लई 10 मार्च लई कहता पगराले पकड़ाने दे विच घोड़ियां दित्तियां जाणियां। हरजीत भोलू आया है एमसी सुहाणे वाला ते नाल कहिंदे पिंटू आया होया जस्सी आया होया। आओ पम्मे दे जफे दा कहिंदे 2000 देना है, पम्मे दे जफे दा 2000 देना है। आ दवरजी वाला पहली बार आया है। आओ अमृतसरिया इस एरिए च पहली बार आया एक्शनां दी मशीन है। आओ मुंडा बल्ले बल्ले करवा रहा है, बल्ले बल्ले करवा गया। आओ बल्ले बल्ले करवा गया है
ਮਣੀ ਨੂੰ ਕਹਿੰਦੇ ਬਾਲਾ ਫਿਕਰ ਸੀਗਾ ਲੈ ਵੀ ਮੈਨੂੰ ਦੁਆਵਾਂ ਆ ਮਣੀ ਕਹਿੰਦਾ ਸਿੱਧੇ ਵੀ ਆ ਪਰ ਕਹਿੰਦੇ ਉਧਰ ਪਾਲੀ ਬਾਈ ਕਹਿੰਦਾ ਦੀਪ ਦੀਆ ਤਿੰਨ ਰੇਟਾਂ ਪੇ 2000 ਪਾਲੀ ਬਾਈ ਕਹਿੰਦਾ ਕਿਉਂਕਿ ਸਿਕਿਉਰਿਟੀ ਵੱਡੀ ਸੀ ਜਦੋਂ ਮੈਂ ਆਇਆ ਨਾ ਖੰਨੇ ਵਾਲਿਆ ਪਾਲੀ ਬਾਈ ਮੁਲਾਜ਼ਮਾਂ ਨੂੰ ਕਹਿੰਦਾ ਅਮਰੀਕ ਦਾ ਸਾਡੇ ਵਾਲਾ ਆਓ ਦਿਲੋਂ ਦਵਾਵਾਂ ਨੇ ਸਾਰੇ ਸਾਡੇ ਵੀਰ ਨੇ ਕਕਰਾਲੀ ਸਾਹਿਬ 2000 ਦੀਪ ਦੀਆਂ ਤਿੰਨ ਰੇਟਾਂ ਦੇ ਪਾਲੀ ਬਾਈ ਵੱਲੋਂ ਆਓ ਚੰਡੀਗੜ੍ਹੀਆ ਕਹਿੰਦੇ ਕੁਲਵੀਰ ਰਿੰਕੂ ਆ ਗਿਆ ਧਨਾਸ ਵਾਲਾ ਜਸਵੰਤ ਸਿੰਘ ਦਾ ਬੇਟਾ ਮੁੰਡਾ ਕਹਿੰਦੇ ਅਮਰੀਕਾ 'ਚ ਵੀ ਤਕੜਾ ਖੇਡਿਆ ਮੁੰਡਾ ਦੁਬਈ 'ਚ ਵੀ ਤਕੜਾ ਖੇਡਿਆ ਇੰਗਲੈਂਡ 'ਚ ਵੀ ਤਕੜਾ ਖੇਡਿਆ ਕਨੇਡਾ 'ਚ ਵੀ ਤਕੜਾ ਖੇਡਿਆ ਉਧਰ ਕਹਿੰਦੇ ਰਿੱਕੀ ਰਟੌਲ ਦਾ ਲਾਰਜ ਆਲ ਦਾ ਬੱਲੀ ਵੇੜੂ ਦਾ ਨਾਲ ਕਹਿੰਦੇ ਬਿੱਲਾ ਗਿੱਲ ਦੀਨੇ ਵਾਲੀਆ ਵੱਡੇ ਪ੍ਰਮੋਟਰ ਹੈ ਅਜੇ ਮੈਦਾਨ ਚ ਰੇਡ ਪਾ ਰਿਹਾ 5000 ਹਰਜੀਤ ਭੋਲੂ ਵੱਲੋਂ ਸੁਹਾਣੇ ਵਾਲੇ ਪੰਮੇ ਦਾ ਹਰ ਇੱਕ ਜਫਾ 5000 ਦਾ ਆਓ 5000 ਦਾ ਰਣਜੀਤ ਬਾਈ ਕਹਿੰਦਾ 2500 ਆਪਾਂ ਦੇਵਾਂਗੇ ਪੰਮੇ ਦੇ ਜਫੇ ਦਾ ਰਣਜੀਤ ਬਾਈ ਕਹਿੰਦਾ ਆਓ ਸ਼ਿਕਾਰੇ ਹੁਣੀ 8 ਤਰੀਕ ਦੇ ਲਈ ਵੱਡਾ ਮੇਲਾ ਵੱਡੇ ਸਭੇ ਕਕਰਾਲੀ ਸਾਹਿਬ ਦੁਨੀਆ ਬਿੱਲਾ ਕਹਿੰਦੀ ਆ ਆਓ ਦੁਨੀਆ ਕਹਿੰਦੇ ਬਿੱਲਾ ਬਿੱਲਾ ਕਹਿੰਦੀ ਆ ਬਿੱਲਾ ਰੇਡ ਪਾ ਰਿਹਾ ਤੇ ਜਾਫੀ 4 ਤਿਆਰ ਵਰ ਤਿਆਰ ਜਾਫੀ 4 ਬੇ ਅਪਰੰਟੀ ਨਿਊਜ਼ੀਲੈਂਡ ਦੇ ਤਿਆਰ ਵਰ ਤਿਆਰ ਪਰ ਬਿੱਲਾ ਕਹਿੰਦੇ ਹੱਥ ਨਹੀਂ ਰਖਾ ਰਿਹਾ ਅਰਸ਼ ਮੈਂ ਤੋਂ ਦਾ ਇੱਕ ਜਫਾ ਪਿੰਦਰੀ ਢਾਹਾਂ ਦੇ ਵੱਲੋਂ 3000 ਦਾ ਓ ਸਾਹਮਣੇ ਕਹਿੰਦੇ ਮੰਨਾ ਸਿੱਖੋ ਬਾਈ ਰਣਜੀਤ ਕਹਿੰਦੇ 3000 ਕਰ ਦੋ ਇਹ ਤੇ ਗੱਲ ਸ਼ੁਰੂ ਹੋਈ ਆ ਮੇਰੇ ਮਿੱਤਰੋ ਜਿਵੇਂ ਕਹਿੰਦੇ ਕੱਚੀ ਪਹਿਲੀ ਪੱਕੀ ਪਹਿਲੀ ਓ ਗੱਲਾਂ ਲੱਗਣਗੀਆਂ ਟਿਕਾਣੇ ਤੇ ਸ਼ਰਾਬ ਹੈ ਮੁਰਿੰਡੇ ਦਾ ਮੇਲਾ ਕੁਝ ਵੀ ਹੋ ਸਕਦਾ ਓ ਪੱਲੇ ਪੱਲੇ ਲਵੀ ਖੋਸੇ ਵਾਲਾ ਦੀਪ ਦਵਰਜੀ ਦੀਆਂ 5 ਰੇਡਾਂ ਤੇ ਫੇਰ 5000 ਲੱਗ ਗਿਆ 2000 ਪਾਰੀ ਦੇ ਵੱਲੋਂ ਲੱਗਿਆ ਹੋਇਆ 5000 ਬਿੱਟਾ ਸਰਪੰਚ ਡਿੰਪੀ ਦੇਸੂ ਮਾਜਰਾ ਹੈਪੀ ਨਿਊਜ਼ੀਲੈਂਡ ਤੇ ਲਵੀ ਖਰੜ 3 ਕਬੱਡੀਆਂ ਤੇ ਕਹਿੰਦੇ ਕਰਦੇ ਹੋ ਲਓ 3 ਤੇ ਹੀ ਕਰਦੇ ਹੋ ਖਰੜ ਵਾਲੇ ਦੱਬਦੇ ਨਹੀਂ ਆਓ ਖਰੜ ਵਾਲੇ ਦੱਬਦੇ ਨਹੀਂ ਕਹਿੰਦੇ 3 ਤੇ ਹੀ ਕਰਦੇ ਹੋ ਆਓ 3 ਤੇ 7000 ਆਓ 7000 7000 ਆ 7000 ਨੇ ਯੱਬ ਯੱਬ ਪਾਪਾ ਕਕਰਾਲੀ ਸਾਹਿਬ 7000 ਨੇ ਆਓ ਦੀਪ ਫੜਾ ਪੈ ਲੋਕਾਂ ਨੇ ਕਹਿਣਾ ਇਹਨਾਂ ਦੀ ਦੀਪ ਦੀਪ ਲਾਈ ਹੈ ਆਓ ਦੀਪ ਸਿੱਟ ਲੈ ਸੁਣਨ ਵਾਲੇ ਨੇ ਗੱਲਾਂ ਟਿਕਾਣੇ ਪਵਿੱਤਰ ਬਾਈ ਰਣਜੀਤ ਆਇਆ 8 ਤਰੀਕ ਇਹ ਪਰ ਕਹਿੰਦੇ ਜੋਗੀ ਪੰਮੇ ਦੇ ਜੱਫੇ ਦਾ 3500 ਆ ਪੰਮੇ ਦੇ ਜੱਫੇ ਦਾ 3500 ਅਮਰੀਕ ਤੇਰੇ ਵੱਲ ਹੋ ਗਿਆ ਤੇ 5000 ਦੋ ਜੱਫਿਆਂ ਤੇ 3500 ਪਾਲੀ ਬਾਈ ਕਹਿੰਦਾ 1000 ਮੇਰਾ ਪੈ ਦੇ 4500 ਦੀਪ ਦਾ 2000 ਬਾਈ ਆ ਜੱਫੇ ਦਾ ਇਧਰਲੇ ਪਾਸੇ ਪੁੱਜਦਾ ਕਰਦੇ ਉਧਰ ਪੰਮੇ ਸੁਹਾਣੇ ਦੇ ਦੋ ਜੱਫੇ ਹਰਜੀਤ ਭੋਲੂ ਜੱਸੀ ਪਿੰਡੋ ਤੇ ਨਾਲ ਸੋਨੋ 5000 ਦਾ ਐਲਾਨ ਕਰ ਦਿੱਤਾ ਆਹ ਰੇਡ ਬਿੱਲੇ ਦੀ ਪਰ ਬਿੱਲਾ ਭੱਜ ਗਿਆ ਬਿੱਲਾ ਵਾਪਸ ਸਾਹਿਬ ਧਿਮਾਨ ਸਾਹਿਬ 2000 ਦਿੱਤਾ ਧੰਨਵਾਦ ਥੈਂਕ ਯੂ ਲੈ ਵੀ ਪਾਲੀ ਬਾਈ ਪੁੱਜ ਗਿਆ ਹੈ ਇੱਧਰ ਕਹਿੰਦੇ ਜੱਸੀ ਹੋਣੀ ਵੀਰ ਨੇ ਲੱਲਾ ਬਾਈ ਵੱਡਾ ਭਰਾ ਹੈ ਸਾਡਾ ਆਓ ਧਨੌਰੀ ਵਾਲਾ ਕਹਿੰਦੇ ਅੰਜਾ ਆਇਆ ਹੋਇਆ ਅੱਜ ਕਕਰਾਲੀ ਸਾਹਿਬ ਆਓ ਕੀ ਖਿਆਲ ਹੈ ਮੁੰਡੇ ਬਾਰੇ ਆਹ ਮੁੰਡਾ ਕਹਿੰਦੇ ਫਤਿਹ ਵਾਲੀਏ ਕੰਮੋ ਭਲਵਾਨ ਦਾ ਪੁੱਤ ਰੇਡ ਪਾ ਰਿਹਾ ਪਰ ਭੇਲੂ ਇਸੇ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਆ ਆਓ ਭੇਲੂ ਮੇਜਰ ਸਿੰਘ ਦਾ ਪੁੱਤ ਅੱਜ ਬੱਲੇ ਬੱਲੇ ਕਰਾਊ ਆਓ ਬੱਲੇ ਬੱਲੇ ਕਰਾਊ ਆਓ ਬੱਲੇ 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 ਆਓ ਬੱਲੇ 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 ਵਾਲਿਓ ਬੱਲੇ ਬਾਈ ਰਣਜੀਤ ਕਹਿੰਦਾ 1000 ਦੇਵਾਂਗੇ ਭੇਲੂ ਨੂੰ ਬਾਈ ਰਣਜੀਤ ਕਹਿੰਦਾ 1000 ਭੇਲੂ ਨੂੰ ਫੜ ਕੇ ਲੈ ਜਾਓ ਵੀਰ ਜੀ ਭੇਲੂ ਦੇ ਪੈਸੇ 500 ਪਾਲੀ ਬਾਈ ਕਹਿੰਦਾ ਮੇਰੇ ਵੱਲੋਂ ਆਓ ਕਹਿੰਦੇ ਭੇਲੂ ਦੇ ਜਸੇ ਦਾ ਭੇਲੂ ਨੇ ਅੱਜ ਕਹਿੰਦੇ ਕੰਜਾਂ ਦੀ ਦੌੜ ਕੱਸੀ ਹੈ ਭੇਲੂ ਨੇ ਅੱਜ ਵੱਡੇ ਵੱਡਿਆਂ ਦੀ ਦੌੜ ਕੱਸੀ ਹੈ ਆਹ ਭੇਲੂ ਨੇ ਅੱਜ ਵੱਡੇ ਵੱਡੇ ਮੂਹਤੇ ਕੀਤੇ ਅਮਰੀਕ ਭੇਲੂ ਦੀ ਹੋਮ ਗਰਾਊਂਡ ਹੈ
ਪੇਲੂ ਇੱਥੇ ਹੀ ਮਿਹਨਤ ਕਰਦਾ ਹੈ। ਆਹ ਪੱਪੂ ਕੋਚ ਦਾ ਤਿਆਰ ਕੀਤਾ ਹੋਇਆ ਬੱਲੇ ਬੱਲੇ ਕਰਾਉਂਦਾ ਹੈ। ਆਹ ਰੇੜ ਸਿੰਘ ਦੀ ਪੈ ਗਈ ਅਮਰੀਕਾ, ਆ ਜਾ ਉੱਥੇ ਹੀ। ਆਹ ਰੇੜ ਕਹਿੰਦੇ ਸਿੰਘ ਦੀ ਪੈ ਗਈ ਹੈ। ਪਾਲੀ ਬਾਈ ਕਹਿੰਦਾ ਆਪਾਂ ਵੀ ਮਾਣ ਦੇਣੇ ਆ, ਇਹ ਪੇਲੂ ਵੀ ਹੋਮ ਗਰਾਊਂਡ ਆ ਮੇਰੇ ਮਿੱਤਰੋ। ਇੱਧਰ ਕਹਿੰਦੇ ਆ ਉਹ ਮੁੰਡਾ ਭੱਜ ਗਿਆ ਉਹ ਤਬੁਰਜੀ ਵਾਲਾ, ਦੀਪ ਕਹਿੰਦੇ ਆ ਗਿਆ। ਪਰ ਹਾਫ ਸਮਾਂ ਹੋ ਚੁੱਕਾ ਹੈ, ਹਾਫ ਸਮੇਂ ਤੱਕ ਦਾ ਸਕੋਰ 2 ਪੁਆਇੰਟ ਹੁਣ ਤੱਕ ਹੋਲਡ ਹੈ। ਬੇ ਅਪਲਾਂਟੀ ਨਿਊਜ਼ੀਲੈਂਡ ਦੀ ਟੀਮ ਦੇ ਪੁਆਇੰਟ ਹੈ 12 ਤੇ ਗੁਰਦਾਸਪੁਰ ਲਾਇਨ ਦੀ ਟੀਮ ਦੇ ਪੁਆਇੰਟ 18.5 12 ਦੇ ਮੁਕਾਬਲੇ 18.5 2 ਪੁਆਇੰਟ ਹੋਲਡ ਨੇ। ਉਧਰ ਐਮੀ ਵਿਰਕ ਜੀ ਆਏ ਹੈ। ਹਾਂਜੀ ਪਾਲੀ ਬਾਈ ਕਹਿੰਦਾ 1100 ਕਰਦੀ ਹੁਣ, 3 ਕੌਡੀਆਂ ਤੇ ਵੱਡੇ ਪਿਆਰ ਨੇ। ਉਧਰ ਮੇਰੀ ਬੇਨਤੀ ਹੈ ਕਾਕੂ ਵੀਰ, ਐਮੀ ਵਿਰਕ ਜੀ ਆਏ ਆ ਤੇ ਟੀਮਾਂ ਨਾਲ ਜਾਣ ਪਹਿਚਾਣ ਹੋਵੇਗੀ, ਜਾਣ ਪਹਿਚਾਣ ਜਿਹੜੀ ਹੋਵੇਗੀ, ਟੀਮਾਂ ਨੂੰ ਲਾਈਨ ਅਪ ਕੀਤਾ ਜਾਵੇ। ਫੌਜੀ ਸਾਹਿਬ ਲਾਈਨ ਅਪ ਕਰ ਲਓ। ਰਣਜੀਤ ਬਾਈ ਕਹਿੰਦਾ ਵੀ ਭਗਰਾਣੇ ਦੇ ਵਿੱਚ ਮੇਲਾ 71 ਪ੍ਰਾਈਜ, ਬੈਫਟਾਂ ਨੂੰ ਘੋੜੀਆਂ, ਰਾਜਵੀਰ ਜਵੰਦਾ ਤੇ ਗੁਰਨਾਮ ਭੁੱਲਰ। ਟੀਮਾਂ ਲਾਈਨ ਅਪ ਕਰ ਲਿਓ, ਟੀਮਾਂ ਲਾਈਨ ਅਪ ਹੋ ਜਾਓ ਭਾਈ। ਜੈਗੋ ਆ ਜਾਓ ਜੈਗੋ, ਲਾਡੀ ਸਿੱਧੂ ਨਾਲ ਹੀ ਆ ਰਹੀ ਹੈ ਕਹਿੰਦੇ ਐਮੀ ਵਿਰਕ ਦੀ, ਟੀਮਾਂ ਦੇ ਨਾਲ ਜਾਣ ਪਹਿਚਾਣ ਕਰ ਰਹੀ ਆਇਆ। ਦੁਨੀਆਂ ਦਾ ਟੱਪਰ ਜੇ ਕਹਿ ਦਈਏ ਗਾਇਕ ਔਰ ਫਿਲਮਾਂ ਦਾ ਹੀਰੋ ਐਮੀ ਵਿਰਕ ਜੀ ਆਏ ਆ ਸਾਡੇ ਦਰਮਿਆਨ। ਟੀਮਾਂ ਦੇ ਨਾਲ ਜਾਣ ਪਹਿਚਾਣ ਹੋ ਰਹੀ ਹੈ, ਸੋ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਰਹੇ ਹੈ ਸਾਡੇ ਅੱਜ ਦੇ ਇਸ ਕਬੱਡੀ ਕੱਪ ਦੇ ਹੀਰੋ ਐਮੀ ਵਿਰਕ ਯਾਰੀ ਹੈ। ਜਿੱਥੇ ਕਹਿੰਦੇ ਲਾਡੀ ਸਿੱਧੂ ਪਰ ਦੇ ਨਾਲ, ਲੱਲੇ ਰੌਣੀ ਦੇ ਨਾਲ, ਮਨਦੀਪ ਬਾਜਵੇ ਦੇ ਨਾਲ, ਇਹ ਯਾਰੀਆਂ ਪਗਾਉਣ ਦੇ ਲਈ ਜੱਸੀ ਸਰਪੰਚ ਦੇ ਨਾਲ, ਇਹ ਯਾਰੀਆਂ ਪਗਾਉਣ ਦੇ ਲਈ ਸਾਡੇ ਭਰਾ ਸਾਡੇ ਦਰਮਿਆਨ ਪਹੁੰਚਿਆ ਐਮੀ ਵਿਰਕ ਦਾ। ਉੱਥੇ ਸਰਦਾਰ ਨਵਜੀਤ ਸਿੰਘ ਜੀ ਨਵੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਚੇਚੇ ਤੌਰ 'ਤੇ ਸਾਡੇ ਦਰਮਿਆਨ ਹਾਜ਼ਰ ਨੇ। ਬਹੁਤ ਬਹੁਤ ਧੰਨਵਾਦ ਐਮੀ ਵਿਰਕ ਜੀ ਜੋ ਟੀਮਾਂ ਦੇ ਨਾਲ ਜਾਣ ਪਹਿਚਾਣ ਕਰ ਰਹੇ ਹੈ, ਅੱਜ ਦੇ ਮੇਲੇ 'ਚ ਹਾਜ਼ਰੀ ਭਰੀ ਹੈ। ਔਰ ਫਿਰ ਥੋੜ੍ਹੇ ਸਮੇਂ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਹੋਵੇਗਾ 7 ਤੇ 8 ਜਨਵਰੀ ਸੋਹਾਣੇ ਦੇ ਵੱਡੇ ਕਬੱਡੀ ਕੱਪ ਦੀ ਹੈ, ਮਨੀ ਧਨੌਰੀ ਦਾ, ਪੰਮੇ ਸੋਹਾਣੇ ਦਾ, ਇੱਕ ਦਾ ਅਰਜਨ ਟਰੈਕਟਰ ਦੇ ਨਾਲ, ਇੱਕ ਦਾ ਕਹਿੰਦੇ ਸਕਾਰਪੀਓ ਗੱਡੀ ਦੇ ਮਾਨ ਸਨਮਾਨ ਕੀਤਾ ਜਾਵੇਗਾ। ਔਰ ਧੰਨਵਾਦ ਹੈ ਹਰਜੀਤ ਭੋਲੂ, ਜੱਸੀ ਪਿੰਟੂ ਅਤੇ ਸੋਨੂ ਸਾਡਾ ਵੀ ਕਿਆ ਬਾਤ ਹੈ। ਦੂਜੇ ਹਾਫ ਦੀ ਖੇਡ ਸ਼ੁਰੂ ਹੋਵੇਗੀ, ਦੂਜਾ ਹਾਫ ਸਾਡਾ ਵੀਰ ਐਮੀ ਵਿਰਕ, ਐਮੀ ਵਿਰਕ ਆਇਆ ਹੋਇਆ। ਅਸੀਂ ਉਹਨਾਂ ਨਾਲ ਗਰਾਊਂਡ ਖਾਲੀ ਕਰ ਦਿਓ, ਗਰਾਊਂਡ ਖਾਲੀ ਕਰ ਦਿਓ, ਜਿਹਨਾਂ ਨਾਲ ਖੜਦੇ ਹਾਂ। ਮੇਰੀ ਬੇਨਤੀ ਹੈ ਵੀ ਗਰਾਊਂਡ ਕਲੀਅਰ ਕਰ ਦਿਓ, ਗਰਾਊਂਡ ਕਲੀਅਰ ਕਰ ਦਿੱਤਾ ਜਾਵੇ। ਭਾਈ ਜੀ ਗਰਾਊਂਡ ਕਲੀਅਰ ਕਰ ਦਿਓ, ਜਿਹੜਾ ਕੋਈ ਵੱਧ ਵੀਰ ਗਰਾਊਂਡ ਦੇ ਵਿੱਚ ਖੜਾ, ਪਲੀਜ਼ ਬੇਨਤੀ ਆ। ਵੇ ਆਫ ਪਲਾਂਟੀ ਨਿਊਜ਼ੀਲੈਂਡ ਗੁਰਦਾਸਪੁਰ ਲੈਣ ਜਾਓ ਸਤਨਾਮ ਜੈਂਗੋ ਮਾਈਕ, ਜਿਹੜਾ ਪ੍ਰੀਜ਼ ਅਮਰੀਕ ਖੋਸੇ ਨੂੰ ਦੇ ਦਿਓ, ਲੱਲੇ ਰਾਣੀ ਉਹਨਾਂ ਵੱਲੋਂ ਵਾਰ ਵਾਰ ਇਧਰੋਂ ਬੇਨਤੀ ਹੈ ਤੁਹਾਨੂੰ। ਵੀਰ ਜੀ ਮੈਂ ਤਾਂ ਆਪ ਕਿਹਾ ਬਾਈ ਨੂੰ, ਪਹਿਲੇ ਜਿਹੜੇ ਪੁਆਇੰਟ ਆ ਦੋਨੋਂ ਰੇਡਰਾਂ ਨੂੰ ਦਿੱਤੇ ਗਏ ਹੈ, ਪਹਿਲੇ ਪੁਆਇੰਟ ਜਿਹੜੇ ਹੋਲਡ ਸਨ ਉਹ ਦੋਨੋਂ ਰੇਡਰਾਂ ਨੂੰ ਦਿੱਤੇ ਗਏ ਹੈ। ਬਹੁਤ ਤਕੜਾ ਨਜ਼ਾਰਾ ਬਣਿਆ ਹੋਇਆ ਹੈ ਲਾਡੀ ਸਿੱਧੂ ਪਰ ਵੱਲੋਂ, ਇਹ ਰੇਟ ਤੇ 500 ਦਿੱਤਾ ਜਾਣਾ ਹੈ ਲਾਡੀ ਸਿੱਧੂ ਪਰ, ਲੈ ਵੀ ਵੀਰ ਆਇਆ ਤੇ ਨਾਲ ਲੱਲਾ ਰੌਣੀ, ਇਹ ਰੇਟ ਤੇ 500 ਦਾ ਐਲਾਨ ਕਰ ਦਿੱਤਾ ਹੈ। ਆਹ ਹਰਦੀਪ ਕਾਰੀ ਸਾਰੀ ਦੀ ਧਰਤੀ ਦਾ ਰੇਡ ਪਾ ਰਿਹਾ ਪਰ ਜਾਫੀ 4, ਆਹ ਹਰਮਨ ਜਲਾਲ ਪਰੀਆ, ਹਰਮਨ ਕਹਿੰਦੇ ਜਲਾਲ ਪਰੀਆ ਤਕੜੀ ਟਰਾਈ ਕਰਦਾ, ਤਕੜੇ ਪਿੰਡ ਦਾ ਵਾਅਦਾ ਕੀਤਾ ਹੈ। ਆਹ ਬਿੱਲਾ ਜੌਲ ਰੇਡ ਪਾ ਰਿਹਾ, ਆਹ ਬਿੱਲੇ ਜੌਲ ਦੀ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰ, ਆਹ ਦੁਨੀਆ ਬੇਦੀ ਆ
ਕੱਟਾ ਮੇਲਾ ਵਿੱਚ ਮਰੰਡੇ ਦੇ ਰੌਣਕਾਂ ਲੱਗੀਆਂ ਇਕੱਠ ਵੱਡਾ ਨਹੀਂ ਕਈ ਮੇਲਿਆਂ ਤੇ ਆ ਟਾਈਮ ਕਕਰਾਲੀ ਸਾਹਿਬ ਕੱਲਾ ਜਾਲ ਹੀ ਰਹਿ ਜਾਂਦਾ ਇਹ ਖਿੱਚਾ ਉਧਰ ਕਹਿੰਦੇ ਰਹਿੰਦੀਆਂ ਖੂੰਦੀਆਂ ਕਸਰਾਂ ਪੂਰੀਆਂ ਕਰਤੀਆਂ ਭਰਾਵਾਂ ਨੇ ਅੱਜ ਵੱਡਾ ਭਰਾ ਐਮੀ ਬਿਰਕ ਆਇਆ ਹੋਇਆ ਕਹਿੰਦੇ ਕੁਝ ਦਿਨਾਂ ਦੇ ਵਿੱਚ ਕਹਿੰਦੇ ਦੁੱਗਿਆਂ ਵਾਲੇ ਖੁਸ਼ੀ ਨੇ ਪੁੱਜ ਜਾਣਾ ਫਿਰ ਜੱਫੀਆਂ ਪੈਣਗੀਆਂ ਸੁਰਜੀਤ ਜੀ ਕਰੋ ਗੱਲ ਮੁੰਡੇ ਦੀ ਆਹ ਰੇਡ ਕਹਿੰਦੇ ਨੌਜਵਾਨ ਇਹਦੀ ਦੇ ਅਰਸ਼ ਮਹਤੋਤ ਹੋਮ ਗਰਾਉਂਡ ਅੱਜ ਅਰਸ਼ ਮਹਤੋਤ ਦਾ ਵੀ ਆਹ ਰੇਡ ਪਾਉਣ ਲਈ ਦੀਪ ਦਵਰਜੀ ਵਾਲਾ ਦੀਪ ਦਵਰਜੀ ਦੀਆਂ ਤਿੰਨ ਰੇਡਾਂ ਲਾਡੀ ਸਿੱਧੂਪੁਰ ਤੇ ਲੱਲਾ ਰੌੜੀ 1000 ਦੀਪ ਦਵਰਜੀ ਦੀਆਂ ਤਿੰਨ ਰੇਡਾਂ ਤੇ ਲਾਡੀ ਸਿੱਧੂਪੁਰ ਅਤੇ ਲੱਲੇ ਰੌੜੀ ਵੱਲੋਂ 1000 ਦਿੱਤਾ ਜਾਣਾ ਆਹੋ ਅਗਲੀ ਰੇਡ ਕਿਹੜੇ ਖਿਡਾਰੀ ਦੀ ਪਵੇਗੀ ਅਗਲੀ ਰੇਡ ਪਾਉਣ ਲਈ ਹਿੰਦਰੀ ਫੇਰ ਤਿਆਰ ਹੈ ਰਵੀ ਖੋਸਿਆਂ ਵਾਲਾ ਕਰ ਗੱਲ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਆਹ ਦੁਨੀਆ ਬੇਦੀ ਆ ਚਾਰ ਜਾਫੀ ਦੇ ਵੱਡਾ ਮੇਲਾ ਚੱਲਦਾ ਇਕੱਠ ਵੱਡਾ ਆਓ ਕਹਿੰਦੇ ਹਰਵਿੰਦਰ ਰੇਡ ਪਾ ਰਿਹਾ ਇਹ ਪਰ ਕਹਿੰਦੇ ਟਰਾਈ ਕੀਤੀ ਹੋਈ ਆ ਉਹ ਬੱਲੇ 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 ਧੂੜ ਵਾਲਿਆ ਛੜਾ ਦੇ ਖੇੜੇ ਧੂੜ ਵਾਲਿਆ ਛੜਾ ਦੇ ਖੇੜੇ ਆਓ ਸਾਹਮਣੇ ਰੇਡ ਪੈਂਦੀ ਸੁਰਜੀਤ ਸਿਆ ਕਰ ਗੱਲ ਮੁੰਡੇ ਦੀ ਦੀਪ ਦਵਰਜੀ ਦੀ ਆ ਰੇਡ ਤੇ 1000 ਲਾਡੀ ਸਿੱਧੂ ਲੱਲਾ ਰੌਣੀ ਤੇ ਮੰਦੀ ਬਾਜਵਾ 1000 1000 1000 ਉਹ ਮਰੰਡੇ ਵਾਲੇ ਆਉਂਦਾ ਨਜ਼ਾਰਾ ਉਹ ਬਾਈ ਆਉਂਦਾ ਨਜ਼ਾਰਾ ਬੱਚੇ ਪਏ ਕਕਰਾਲੀ ਸਾਹਿਬ ਤਾਰਿਆਂ ਤੋਂ ਪਰੇ ਕੁਝ ਨੀ ਉਹ ਪਾਲੀ ਬਾਈ ਕਹਿੰਦਾ 2100 ਕਰ ਦਾਂਗੇ ਹੁਣ ਗੱਲਾਂ ਟਿਕਾਣੇ ਨੇ ਅਗਲੀ ਕਬੱਡੀ ਆਓ ਕਹਿੰਦੇ ਬਿੱਲਾ ਚੌਲ ਆ ਗਿਆ ਮੇਰੇ ਮਿੱਤਰੋ ਗੁਰਦਾਸਪੁਰ ਦੀ ਧਰਤੀ ਦਾ ਆਓ ਚੌਲ ਲੱਗਣ ਪਿੰਡ ਆ ਇਹ ਸੱਪੇ ਦੇ ਪਿੰਡ ਦਾ ਇਹ ਕਹਿੰਦੇ ਸੁਖਰਾਜ ਦੇ ਪਿੰਡਾਂ ਦਾ ਇਹ ਪੱਪੂ ਕੰਡੀਲੇ ਦੇ ਪਿੰਡਾਂ ਦਾ ਇਹ ਕਹਿੰਦੇ ਉਹ ਧਰਤੀ ਤੋਂ ਆਇਆ ਜਿੱਥੇ ਢੇਰੀ ਵਾਲੀ ਅੱਜ ਵੀ ਖੇਡੀ ਜਾਂਦੀ ਹੈ ਆਓ ਜਿੱਥੇ ਢੇਰੀ ਵਾਲੀ ਅੱਜ ਵੀ ਖੇਡੀ ਜਾਂਦੀ ਹੈ ਕਬੱਡੀ ਪੈ ਗਈ ਕਕਰਾਲੀ ਸਾਹਿਬ ਆਹ ਰੇਡ ਕਹਿੰਦੇ ਹਰਦੀਪ ਕਾਰੀ ਸਾਰੀ ਦਾ ਪੌੜੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਉਧਰ ਪੰਮੇ ਦੇ ਜੱਫੇ ਤੇ 5000 ਅਜੀਤ ਭੋਲੂ ਜੱਸੀ ਬਾਈ ਤੇ ਪਿੰਟੂ ਵੱਲੋਂ ਲੱਗਿਆ ਹੋਇਆ ਹੈ ਜਿਹੜੇ ਕਹਿੰਦੇ ਸੁਹਾਣੇ ਦੇ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 2.5 ਲੱਖ ਦੂਜਾ ਪ੍ਰਾਈਜ਼ 2 ਲੱਖ ਤੇ ਜਿਹੜੇ ਬੈਸਟ ਬਣ ਗਏ 31-31 ਹਜ਼ਾਰ 31-31 ਹਜ਼ਾਰ ਆਹ 31-31 ਹਜ਼ਾਰ ਪਰ ਐਮੀ ਵਿਰਕ ਦੇ ਵੱਲੋਂ ਅੱਜ ਦੇ ਕਬੱਡੀ ਕੱਪ ਲਈ ਖੋਸਿਆਂ ਵਾਲਾ 2 ਲੱਖ ਦਿੱਤਾ ਜਾ ਰਿਹਾ ਹੈ ਐਮੀ ਵਿਰਕ ਦੇ ਵੱਲੋਂ 2 ਲੱਖ ਦਿੱਤਾ ਜਾ ਰਿਹਾ ਹੈ ਆਹ 2 ਲੱਖ ਦਿੱਤਾ ਜਾ ਰਿਹਾ ਜੱਟ ਵੱਲੋਂ ਆਹ ਰੇਡ ਬਿੱਲੇ ਜਲਦੀ ਆ ਖੋਸਿਆਂ ਵਾਲੇ ਆ ਜਾ ਉੱਥੇ ਬਿੱਲੇ ਜਲਦੀ ਉਧਰ ਪਾਲੀ ਬਾਈ ਕਹਿੰਦਾ ਜਿਹਨੇ ਕਹਿੰਦੇ ਪਹਿਲਾਂ 1100 2100 1100 ਪਾਲੀ ਬਾਈ ਨੇ ਪੁੱਜਦਾ ਕਰ ਦਿੱਤਾ ਲੈ ਵੀ ਧਮਾਨ ਪੈਸੇ ਲੈ ਜਾ ਫੜ ਕੇ ਪੁੱਜਦੇ ਕਰ ਦਿਓ ਗਰਾਊਂਡ ਦੇ ਵਿੱਚ ਇਹ ਪਾਲੀ ਬਾਈ ਨੂੰ ਪੁੱਛ ਲੈ ਆਓ ਸਾਹਮਣੇ ਕਹਿੰਦੇ ਰੇਡਾਂ ਪੈਂਦੀਆਂ ਐਮੀ ਫਿਰਕ ਭਰਾ ਨੇ ਕਹਿੰਦੇ 2 ਲੱਖ ਮੇਲਾ ਕਹਿੰਦੇ ਕਰਦਾ ਵੱਡਾ ਬਾਈ ਕਹਿੰਦਾ ਆਓ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਸੱਚੇ ਪਾਤਸ਼ਾਹ ਮਿਹਰ ਕਰੇ ਐਵੇਂ ਨੀ ਲੋਕਾਂ ਦੀ ਭੀੜ ਹੁੰਦੀ ਉਹ ਦੁਨੀਆ ਚ ਕਹਿੰਦੇ ਅੰਗਰੇਜ਼ ਦੇ ਵਿੱਚ ਲਾਹੌਰੀਆ ਕਰਾਤੀ ਕਿ ਅਸੀਂ ਲਾਹੌਰੀਏ ਹੁੰਦੇ ਆ ਕਿਸਮਤ ਦੀਆਂ ਗੱਲਾਂ ਚੱਲੀਆਂ ਉਹ ਕਹਿੰਦੇ ਜਦੋਂ ਜੈਲਦਾਰ ਆਈ ਤੇ ਦੁਨੀਆ ਹਿਲਾ ਕੇ ਰੱਖਤੀ ਜਦੋਂ ਨਿੱਕਾ ਜੈਲਦਾਰ ਆਈ ਤੇ ਦੁਨੀਆ ਹਿਲਾ ਕੇ ਰੱਖਤੀ ਸੁਰਜੀਤ ਸਿਆ ਕਰ ਗੱਲ ਮੁੰਡੇ ਦੀ ਆ ਰੇਡ ਕਹਿੰਦੇ ਨੌਜਵਾਨ ਹਰਿੰਦਰ ਐਸਮੇ ਉੱਚੇ ਪਿੰਡ ਵਾਲਾ ਆ ਉੱਚੇ ਵੇਟ ਵਾਲਾ ਰੇਡ ਪਾ ਰਿਹਾ ਤੇ ਜਾਫੀ 4 ਅਰਸ਼ ਮਹਿਤੋ ਦੇ ਨਾਲ ਟੱਕਰ ਪੈ ਗਈ ਆ ਰਾਜੇ ਸੰਘੇ ਦਾ ਚੇਤਾ ਏ ਮੁੰਡਾ ਕਹਿੰਦੇ ਭੋਲੇ ਸੰਧੂ ਦਾ ਚੇਤਾ ਏ ਪਰ ਤਕੜਾ ਪੁਆਇੰਟ ਹਰਿੰਦਰ ਆਪਣੀ ਟੀਮ ਦੇ ਹਿੱਸੇ ਕਰ ਗਿਆ ਅੱਜ ਦੇ ਕਬੱਡੀ ਕੱਪ ਲਈ ਐਮੀ ਵਿਰਕ ਦੇ ਵੱਲੋਂ 2 ਲੱਖ ਰੁਪਇਆ ਦਿੱਤਾ ਜਾ ਰਿਹਾ ਹੈ ਵੱਡਾ ਧੰਨਵਾਦ ਹੈ ਐਮੀ ਵਿਰਕ 2 ਲੱਖ ਰੁਪਏ ਦੀ ਵੱਡੀ ਮਦਦ ਹੈ ਆਹ ਰੇਡ ਪਾਉਣ ਲਈ ਬਿੱਲ ਆ ਗਿਆ ਖੋਸਿਆਂ ਵਾਲੇ ਆ ਜਾ ਉੱਥੇ ਹੀ ਆਹ ਬਿੱਲਾ ਜੌਲ ਜੌਲ ਨਗਰਾਂ ਦੀ ਧਰਤੀ ਦਾ ਰੇਡ ਪਾ ਰਿਹਾ ਪਰ ਸ਼ੁਰਲੀ ਦਾ ਕਹਿੰਦੇ ਆਹ ਖੀਰਾ ਮਾਰੀ ਪਿੰਡ ਹੈ 2 ਵਰਲਡ ਕੱਪਾਂ ਦਾ ਜੇਤੂ ਹੈ ਮੁੰਡਾ 2 ਕੱਪਾਂ ਦਾ ਜੇਤੂ ਹੈ ਉੱਧਰ ਪਿੰਦਰੀ ਟਾਹਾ ਉਹ ਵੀਰ ਕਹਿੰਦਾ ਅਰਸ਼ ਮਹਿਤੋ ਤੇ 1 ਜੱਫੇ ਦਾ 3000 ਦਿੱਤਾ ਜਾਵੇਗਾ ਗੱਲਾਂ ਟਿਕਾਣੇ ਨੇ ਪਾਲੀ ਬਾਈ ਕਹਿੰਦਾ 1 ਦੇ ਨਾਲ 5 ਸਿਫਰਾਂ
आओ कहना बड़े रोल ने धन्यवाद है आओ कहते कबड्डिया पैदा दुनिया देख रही है मेरे मित्रों कट वड्डा है इधर कहते चार ने चारे ने चारे प्यार ने आओ कीने दो हथ करने है आ कहते जलालपुर तो सभ्या लाडी सिद्धू पर बुलाया रेट ते 500 रुपया दिता जाना है लाडी सिद्धू पर लल्ला राणी मंदी बाजवा 500 रुपया आओ दीप दवरजी त्यार रेट ते दिता जाना है जाफी 400 मड़े आओ त्यार पर त्यार ने खीरा मरिया शुरली आओ टक्कर जोरदार है आओ टक्कर आओ टक्कर आओ टक्कर आओ टक्कर मरंडे वाले आउंदा नजारा ओ भाई आंदा नजारा 500 रुपया दीप दवरजी दे लई आओ रेड पौंडी हरिंदर आ गया खोसिया वालिया आओ सामने कहिंदे हरविंदर दी रेड पै रही है इधर कहिंदे पट्टां पे थापियां बजदियां ने एक ने ट्राई कीती डबल टच आओ नंबर गुरप्रीत पाली सरपंच धनौरी वालों 1,00,000 रुपया अज दे इस कबड्डी कप लई नाल ओंकार व्याणा अंजा धनौरी 1,00,000 रुपया गुरप्रीत पाली ते पिंदरी ढां साडा वीर जिन्हें 3,000 का ऐलान किया होया अर्श महतोत जे जफा लाउंदा 3,000 दिता जाना है आओ जल वाला बिला रेड पा रहा पर जाफी चार आओ चार जाफी चार त्यार बर त्यार है तीर्थ है जौला वाला उधर चीका मरिंडा ते गोल्डी मरिंडा उन बीर ने कहते 5,100 के बड़े रोल ने बड़ा प्यार पुजदा किया साडे भाजा ने सब दे लई दवावां ने इधर कहते रेड पैंदी आ मनी फिकर ला के पासे रख दे भी राजा मेला चोटी का हो गया ये मेहनत ने ये संघर्ष ने हथा दे विच कहते छले नहीं हथा दे विच छाले पवाने पैंदे आ इधर कहते शुरली अगली रेड ककराली साहब मैनू लगता पैफटा वाली पैदा ककराली साहब उधर गोल्डी दर्पण ते चीका साड़ा वीर अज दे इस कबड्डी कप लई 5,100 रुपए का बड़ा योगदान है पर वेखो सामने आ हरियाणे वाला की ऐलान करता है हरियाणे वाला जज कहना मैं रिव्यू मांग लिया है रेफरी ने रिव्यू मांग लिया है आओ रेड हरविंदर दी पै गई है ऊंचे बेट वाला हरविंदर रेड पा रहा है सुहाने वाले 7,000 लगा होया है ओ पम्मिया 7,000 लग्या होया है आओ 7,000 लग्या होया है पर ਢੇਲੂ ते अज बल्ले बजे करवा रहा है आओ दवरजी वाला आ गया ओ दवरजी वाला कहते अमृतसर वाला कबड्डी पा रहा है अमृतसर के नेड़े दवरजी पिंड है पर कहते ने दुनिया के दीप दीप करापी है दवरजी पिंड कई हो गए पर कहते दीप दे मगर दबुरजी एक ही लगता मेरे मित्रों आओ दीप कहते एक तकड़ा नंबर जुड़ गया मनजीत कहना साढ़े प्रमोटर ने बीने वाली आ बेला पल्ली बहेड़ू नाल कहते रिक्की रटौल राजवीर राजू क्लब वाले नाल कहते भोले हुड़ी ते लाड चौल कहते यारा दा यार है चलो धन्यवाद आओ ओ आ गया नजारा भाई मरंडे वाले आ गया नजारा लोकल मंडा अर्श महतोत 3,000 है कि जफे का उधर 3,000 रुपया दिता साढ़े भाई ने पिंदरी ढहा ने नेड़ अगली मैदान दे विच नौजवान बेला कहते जौल बेला जौल पर वेखो सामने गुलजारी सुनड़ा बड़ा तकड़ा जफा ला गया रवि खोसिया बड़ा हरिंदर आ गया सामने कहते हरविंदर की कबड्डी पै रही है सुहाने वाले ओ लोकी कहते मैं नहीं कहता के तेरी चुप ने चंबरिया बोलन लाता लोगों ओ तेरी चुप ने चंबरिया बोलन लाता लोगों रणजीत कहता 2,100 देना अगली रेड ककराली साहब आओ दीप दवरजी दी आ रेड ते 2,100 रुपया गुरप्रीत पाली लो गुरप्रीत पाली वालों 2,100 आ मुंडा एक्शन करदा है एक्शन करदा है मंजीत 2,100 ले जाके उधर कहते बड़े प्यार रणजीत भाई कहना पम्मे दे जफे दा 3,100 देना आपां 3,100 दिता जाना है आओ पम्मे दे जफे दा इधर कहते रेटा पैंदियां जफे लगदे आओ दुनिया देख रही है बड़ा मेला चलदा मेरे मित्रों उधर न्यूजीलैंड की टीम के प्रमोटर रणजीत राय पाली कोरो मंडल तारी ट्रंगा सतनाम बैंस
तीर्थ टवाल सुखा न्यूजीलैंड हैप्पी हीरा विक्रम बैंस गुरमुख टवाल जीवन ढिलो ते जगदीप ढिलो ए न्यूजीलैंड दे बड़े प्रमोटर ने ककराली साहब दीप दा लभ्या हल किसे ने नहीं लभ्या दीप दा हल नहीं किसे ने लभ्या उधर पमे सोने दे दो जफे 2000 डिंपी सरपंच हैप्पी न्यूजीलैंड रवि खरड़ा वालों ऐलान किया होया है आओ रेड पैगी हरदीप कारी सारी दा आओ मुंडा कहंदे कारी सारी दा पर अमृत पिछले साल डीएवी कबड्डी क्लब जलंधर ने खेडया आओ अज गुरदासपुर लाइन दे लई बिल्ले गिल दी टीम लई आओ नाल कहंदे लाड उहनां दी टीम लई आओ बल्ली उहनां दी टीम लई नौजवान रिक्की उहनां दी टीम लई अज बल्ले बल्ले करवा रहा आओ रेड बिल्ले दी ते गुलजारी सुनड़ा वाला आओ सुनड़ा वाला सुनड़ा वाला आओ सुनड़ा वाला बल्ले बल्ले ओ कबड्डी मुंडे तबदे नहीं किसे दे तबाए तू कदे अज कहने बड़ा भाई आया होया के जट तबदे नहीं किसे दे तबाए तू कदे जट तबदे नहीं किसे दे दबाए तो बिना उधर कहते भी नन्नू साडा भी चकला वाला जिन्हें 1,00,000 रुपए की नकद राशि दे नाल अज मनी धनौरी का सम्मान किया है नन्नू चकला का दिलों धन्यवाद है आओ रेड पै गई अमरीका जा उथे ही भले 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 आ ते कहने तख्तिया चो चाके लै गया गेटा चो चाके लै गया बार चो चाके लै गया घर मूहरे चाके लै गया आओ कहते अर्श बरसालपुरी है एदिया जड़ा पालिया डूंगिया ने कहते कंधा चुकिया पिपल ली एदिया जड़ा में पालिया डूंगिया ने आओ कहते सुनना वाला खन्ने वालिया दुनिया गुलजारी कहती आओ दुनिया कहते गुलजारी गुलजारी कहते उधर चाबी गुम हुई है किसी वीर दी लै जा के उधर इंदरा साडा भी रुड़की नाल पिंदरी ढां ते ओंकार व्याणा आओ बड़े माण कर रहे हैं आओ रेड कहते फतेहाबाद अजय दी मैदान दे विच पई हुई है पम्मे दा इको जफा 7100 दा हरजीत भोलू एमसी नाल जसी नाल मिंटू साडा वीर नाल कहते शिंगार 1 फरवरी है खंट मानपुर के कबड्डी कप की बब्बू मान का खुला खड़ा होना है आओ दवरजी वाला दीप आ गया दीप आ गया दवरजी वाला उधर कहते कीमी राणा में रवि राणा साडे वीर कहते 12 फरवरी मलोआ पिंड 51 ते बैफ्टां नूं कहते 31,000 दिता जाएगा बड़े सुनेहे ने दवरजी वाला नहीं ओरिसा मुंडा कहने कमाल करी जांदा है मुंडा दिल जीती जांदा है मुंडा ते कमाल करी जांदा भाई दवरजी वाले नु केड़े केड़े प्यार करदे आ ओ इक ललकारा दवरजी वाले दा नाम ते आ दुनिया कहंदे प्यार करदी आ दुनिया ही प्यार करदी है ज्वाला वाला बेला रेड पाउंडी फिर बढ़िया होया जाफी चार सामने चीमिया वाला लखा है नाल ज्वाला वाला तीर्थ है आओ नाल गुलजारी है जाफी चार बेअ प्लांटी न्यूजीलैंड दे त्यार वर त्यार आओ गुलजारी सुनना बड़ा आज ते खोसिया वालिया मुंडा आई ते आया होया है मुंडा कहंदे आई ते आया होया है एक एक रेड रह गई मैं तो कहना धूड़ वाले चलण में कम बड़ा स्वाद आई जांदा लोग कहते जी नहीं करता जानू बड़ा बड़ा स्वाद आई जांदा है उधर धूड़ वाला कहना मनु आया हुआ 7 जनवरी राउंड का ककराली साहब आ हरविंदर सिट लिया मुंडिया ने आओ हरविंदर फड़ लिया मुंडिया ने लास्ट रेड़े से मैच दी कौन आओ तुहाडा चेता दीप दवर जी आ रेड़ ते 1500 गुरप्रीत पाली धनौरी दे वल्लों हुण लगदा विछोड़े पैणगे मैच समाप्त हो गया मैच समाप्त हो गया पिंदर साउंड दा धन्नवाद है बड़ी साउंड उस वीर दा भी धन्नवाद है मुबारकां ने सब दे लई इना समा बोलदे होया बहुत गलतियां हो गई आउणगीयां गोल्डी साडा वीर साडियां भुल्लां चोली पा दिओ डीपी सरपंच बहुत सारा मान कर रहे हैं दीपी देसू माजरा हैप्पी न्यूजीलैंड इस मैच का जो रिजल्ट है सुनियो ध्यान दे नाल इस मुकाबले दे विच बे ऑफ प्लांटी न्यूजीलैंड की टीम के पॉइंट है 28 गुरदासपुर लाइन की टीम के पॉइंट 41.5 गुरदासपुर लाइन फर्स्ट
बे ऑफ प्लांटी न्यूजीलैंड अज दे इस कबड्डी कप की सैकंड टीम रही है। गुरदासपुर लायंस फर्स्ट ते बे ऑफ प्लांटी न्यूजीलैंड मरंडे दे कबड्डी कप की जेतू टीम रही है। कुलवीर समरौली उधर लकी साडा वीर बड़ाली वाला बिट्टे सरपंच ने बहुत सारा माण किया। कुलवीर कहता दिलों धन्यवाद है। बेस्ट कौन है रणजीत जी? रणजीत कोई इत्थे ही खड़ा है। उधर 25 जनवरी नो सतनाम जैगो का बड़ा सन्मान जिहड़ा चार दे मेले ते दो तोले सोने की चेन दे नाल बड़ा सन्मान होगा। मुबारकबाद है। ते नाल सुहाणे दे मेले ते 8 तरीक नो 51,000 दे नाल बड़ा सन्मान होगा। टैक्स वाले ना आ जाण। सतनाम जैगो का 51,000 की नगद राशि दे नाल बड़ा सन्मान हो गया। बड़ा सन्मान होगा। अज दे इस कबड्डी कप दे विच भाई ढोली वीर एक मिनट लई बंद करियो यार। ढोल वालियो गगन तनौरी बड़े प्यार एक मिनट लई आ गया दीप दवरजी वाला नवी कोसिया मरिया। अज दे इस कबड्डी कप च दीप दवरजी ने 14 कबड्डियां पाईआं ते 13 कासल कीते आ। दीप दवरजी अज दे इस कबड्डी कप दा बेस्ट रेडर। एक बार जोरदार ताड़ियां। बेस्ट स्टॉपर भी दस दौ। अज दे इस कबड्डी कप दे विच पहलू बरसाल पर 11 टच ते 5 जफे। पहलू बरसाल पर अज दे इस कबड्डी कप दा बेस्ट स्टॉपर। ताड़ियां जोरदार ताड़ियां जोरदार। टीम की सहमति दे नाल दीप दवरजी दे नाल बिल्ला जौल बेस्ट रेडर। उधर गगन तनौरी बड़े प्यार दे बेस्ट स्टॉपर। रिंका तनौरी भोलू दे नाल हरमन जलाल पर टीम की सहमति दे नाल हरमन जलाल पर बेस्ट स्टॉपर। प्यार दे वीर है साडा दवावां ने जस्सी भाई मुबारकां ने तुहानू सारे वीरां नू साडे समरौली साहब ने। ढोल वाले एक मिनट रुक जाओ यार। भाई जे कोई प्रॉब्लम है लाइव देख लो हाले कड़े देता अपने बेस्ट आंदा। भाई मेरी बेनती है जे किसी नूं जाफी का कोई डाउट है तो लाइव देख लो। हाले अनाउंस होया हाले कड़े अपने बेस्ट स्टॉपर का नाम देता। मेरी बेनती है लाइव देख के कर दो क्लीयर। लाइव देख लो यार किड्डी कबड्डी गल है। 10 मिनट होर लग जाएंगे। लाडी कांगड़ साड़ा वीर वह भी पहुंचा साढ़े दरम्यान। लाडी कांगड़ का बहुत बहुत धन्यवाद।